ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜੇ ਐਨ ਵੀ ਕਿਚਨ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ। ਅੱਜ ਆਪਾਂ ਮੇਥੀ ਦੀ ਭੁਰਜੀ ਬਣਾਵਾਂਗੇ। ਆਹ ਮੇਥੀ ਆਪਾਂ ਲਈ ਹੋਈ ਆ, ਆਹ ਡੰਡੇ ਵਗੈਰਾ ਲਾ ਤੇ ਆ, ਅਤੇ ਪੱਕੇ ਪੱਕੇ ਜਿਹੜੇ ਵੀ ਹੈਗੇ ਉਹ ਆਪਾਂ ਲੈ ਲਏ ਆ, ਅਤੇ ਹੁਣ ਮੰਮੀ ਕੱਟ ਰਹੇ ਆਪਾਂ ਮੇਥੀ। ਸਰਦੀਆਂ ਦਾ ਤੁਹਾਨੂੰ ਪਤਾ ਮੌਸਮ ਆ, ਅਤੇ ਮੇਥੀ ਖਾਣਾ ਬਹੁਤ ਹੀ ਵਧੀਆ ਹੁੰਦਾ ਆ। ਅੱਜ ਆਪਾਂ ਮੇਥੀ ਆਲੂ ਬਣਾਵਾਂਗੇ। ਦਾਤ ਦੇ ਨਾਲ ਮੰਮੀ ਕੱਟਦੇ ਪਏ ਆ, ਬਰੀਕੀ ਬਰੀਕੀ ਜਾਂ ਵੇਖੋ, ਜੇ ਮੈਂ ਕੱਟਦੀ ਤਾਂ ਮੈਂ ਕੱਚ ਹੀ ਨਹੀਂ ਕੱਟਣਾ ਸੀ, ਮੇਰੇ ਕੋਲ ਕੱਟਿਆ ਹੀ ਨਹੀਂ ਜਾਂਦਾ ਹੈਗਾ ਦਾਤ ਦੇ ਨਾਲ। ਥੋੜ੍ਹਾ ਜਿਹਾ ਲੈ ਲੈਣਾ ਆ, ਫਿਰ ਦਾਤ ਨਾਲ ਦੋ ਫਲ ਕਰ ਲੈਣੇ ਆ। ਇੱਦਾਂ ਛੋਟੇ ਛੋਟੇ ਆਪਾਂ ਕੱਟ ਲੈਣੀ ਦਾਤ ਦੇ ਨਾਲ। ਹੁਣ ਆਪਾਂ ਮੇਥੀ ਦੇ ਵਿੱਚ ਨਮਕ ਪਾਵਾਂਗੇ, ਇਹਨੂੰ 5-10 ਮਿੰਟ ਲਈ ਰੱਖ ਦੇਵਾਂਗੇ ਇਹਨਾਂ ਦਾ, ਫਿਰ ਪਾਣੀ ਕੱਢ ਕੇ ਫਿਰ ਆਪਾਂ ਇਹਨਾਂ ਨੂੰ ਤੜਕਾ ਲਾਵਾਂਗੇ। ਮੇਥੀ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਮਸਲ ਲੈਣਾ ਆ ਹੱਥਾਂ ਦੇ ਨਾਲ, ਜਿਹੜਾ ਜਿਹੜਾ ਕੜੱਤਰਪਣ ਜਾਂ ਥੋੜ੍ਹਾ ਜਿਹਾ ਹੁੰਦਾ ਹੈ ਉਹ ਪਾਣੀ ਦੇ ਵਿੱਚ ਨਿਕਲ ਜਾਂਦਾ ਆ। ਜਦੋਂ ਵੀ ਮੇਥੀ ਬਣਾਉਣੀ ਆ ਇੱਦਾਂ ਕੱਟ ਕੇ, ਅਤੇ ਆਪਾਂ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਕੱਢ ਲੈਣਾ ਆ। ਹੁਣ ਇਹਨੂੰ 5-10 ਮਿੰਟ ਆਪਾਂ ਪਲੇਟ 'ਚ ਪਾ ਕੇ ਰੱਖ ਦੇਣਾ ਟੇਢਾ ਜਿਹਾ ਕਰਕੇ, ਜਿਸ ਤਰ੍ਹਾਂ ਮੂਲੀਆਂ ਰੱਖੀ ਦੀ ਆ ਉਸੇ ਤਰ੍ਹਾਂ ਇਹਨਾਂ ਦਾ ਪਾਣੀ ਵੀ ਨਿਕਲ ਜਾਣਾ ਸਾਰਾ। ਕੜਕਣ ਸਾਰੀ ਨਿਕਲ ਜਾਣੀ ਹੈ ਮੁੜ ਕੇ, ਉਹ ਨਿਆਣੇ ਖਾਂਦੇ ਨਹੀਂ। ਹਾਂਜੀ, 15-20 ਮਿੰਟ ਹੋ ਗਏ ਆਪਣੀ ਮੇਥੀ ਨੂੰ। ਆਪਾਂ ਮੇਥੀ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਗੁੰਨ ਲੈਣਾ ਜਾਂ ਇੱਦਾਂ ਮਸਲ ਲੈਣਾ ਆ। ਹੁਣ ਇਹਦੇ ਵਿੱਚ ਆਪਾਂ ਪਾਣੀ ਕੱਢ ਲਵਾਂਗੇ। ਆਹ ਦੇਖਿਓ, ਤਾਂ ਸਾਰਾ ਪਾਣੀ ਕੱਢ ਲੈਣਾ ਹੈ, ਜਿੰਨਾ ਵੀ ਆਪਣਾ ਇਹ ਕੜੱਤਣ ਮਾਰੇਗੀ ਮੇਥੀ। ਮੂਲੀ ਵਾਂਗੂ ਆਪਾਂ ਇਹਨਾਂ ਦਾ ਸਾਰਾ ਪਾਣੀ ਕੱਢ ਲਵਾਂਗੇ। ਨਮਕ ਲਗਾ ਕੇ ਜਦੋਂ ਰੱਖ ਦੇਈਦਾ ਮੇਥੀ ਦਾ ਸਾਰਾ ਪਾਣੀ ਨਿਕਲ ਜਾਂਦਾ ਆ। ਸਾਰਾ ਪਾਣੀ ਕੱਢ ਲਿਆ ਮੇਥੀ ਦਾ। ਦੋ ਪਿਆਜ਼ ਲਏ ਹੋਏ ਆ, ਥੋੜ੍ਹੀ ਜਿਹੀ ਮੈਂ ਲਸਣ ਦੀਆਂ ਕਣੀਆਂ, ਦੋ ਮਿਰਚਾਂ ਅਤੇ ਅਦਰਕ। ਹੁਣ ਆਪਾਂ ਇੱਕ ਕੜਾਹੀ ਲਈ ਹੋਈ ਆ, ਇਹਦੇ 'ਚ ਆਪਾਂ ਆਇਲ ਪਾਵਾਂਗੇ। ਕੜਾਹੀ ਆਪਣੀ ਗਰਮ ਹੋ ਗਈ ਆ, 2 ਟੇਬਲ ਸਪੂਨ ਆਪਾਂ ਪਾਵਾਂਗੇ ਆਇਲ ਸਰਸੋਂ ਦਾ, ਅਤੇ ਇਹਨੂੰ ਆਪਾਂ ਗਰਮ ਹੋਣ ਦੇਵਾਂਗੇ। ਹੁਣ ਆਇਲ ਆਪਣਾ ਗਰਮ ਹੋ ਗਿਆ ਆ, ਹੁਣ ਆਪਾਂ ਪਹਿਲਾਂ ਥੋੜ੍ਹੇ ਜਿਹੇ ਲਸਣ ਦੀਆਂ ਕਣੀਆਂ ਪਾਵਾਂਗੇ। ਲਸਣ ਭੁੰਨਾਂਗੇ ਆਪਾਂ, ਨਾਲ ਹੀ ਆਪਾਂ ਹੁਣ ਅਦਰਕ ਹਰੀਆਂ ਮਿਰਚਾਂ ਅਤੇ ਨਾਲ ਹੀ ਪਿਆਜ਼ ਪਾ ਦਾਂਗੇ।
ਦੋ ਤਿੰਨ ਮਿੰਟ ਭੁੰਨਾਂਗੇ। ਇਹ ਮੇਥੀ ਬਣ ਕੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ। ਇਹ ਆਪਣੇ ਗੋਡੇ ਦੇ ਜੋੜਾਂ ਵਾਸਤੇ ਵੀ ਚੰਗੀ ਹੁੰਦੀ ਹੈ ਮੇਥੀ। ਮੇਥੀ ਖਾਣਾ ਬਹੁਤ ਹੀ ਵਧੀਆ ਹੁੰਦਾ ਹੈ। ਇਹ ਸਿਆਲਾਂ ਦਾ ਸੀਜ਼ਨ ਆ ਅਤੇ ਮੇਥੀ ਹੁਣ ਹੀ ਮਿਲਦੀ ਹੈ, ਗਰਮੀਆਂ 'ਚ ਨਹੀਂ ਮਿਲਦੀ। ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਆ। ਥੋੜ੍ਹਾ ਜਿਹਾ ਆਪਾਂ ਮਸਾਲਾ ਪਾਵਾਂਗੇ ਇਹਦੇ 'ਚ। ਹਰੀਆਂ ਮਿਰਚਾਂ ਆਪਾਂ ਕੱਟੀਆਂ ਹੋਈਆਂ ਆ, ਲਾਲ ਮਿਰਚ, ਹਲਦੀ, ਔਰ ਨਮਕ ਆਪਾਂ ਮੇਥੀ 'ਚ ਪਹਿਲਾਂ ਪਾਇਆ ਹੋਇਆ ਸੀ, ਇਸ ਕਰਕੇ ਆਪਾਂ ਥੋੜ੍ਹਾ ਹੀ ਨਮਕ ਪਾਵਾਂਗੇ ਆਲੂਆਂ ਦੇ ਹਿਸਾਬ ਨਾਲ। ਜੇ ਆਪਾਂ ਲੱਗੇਗਾ ਤਾਂ ਫਿਰ ਆਪਾਂ ਹੋਰ ਪਾ ਲਾਂਗੇ। ਇਹ ਮੈਂ 3 ਆਲੂ ਲਾਏ ਹੋਏ ਮੀਡੀਅਮ ਸਾਈਜ਼ ਦੇ, ਅਤੇ ਇਹਨਾਂ ਮੈਂ ਕੱਟ ਲਿਆ ਸੀ, ਧੋ ਲਿਆ। ਇਹ ਤੁਸੀਂ ਛੋਟੇ ਛੋਟੇ ਪੀਸਾਂ ਦੇ ਵਿੱਚ ਹੀ ਖੱਟਿਓ, ਕਿਉਂਕਿ ਮੇਥੀ ਗਲ ਜਾਂਦੀ, ਆਲੂ ਛੇਤੀ ਗਲਦੀ ਨਹੀਂ। ਇਸ ਕਰਕੇ ਆਪਾਂ ਪਹਿਲਾਂ ਆਲੂਆਂ ਨੂੰ ਹੀ ਭੁੰਨਾਂਗੇ ਮੇਥੀ ਦੇ ਪਹਿਲਾਂ। ਆਲੂ ਮੈਂ ਤਾਂ ਜ਼ਿਆਦਾ ਪਏ, ਬੱਚੇ ਨਾ ਮਿੱਠੀ ਖਾਂਦੇ ਨਹੀਂ ਘੱਟ, ਉਹ ਆਲੂ ਨਾਲ ਖਾ ਲੈਂਦੇ। 5 ਕੁ ਮਿੰਟ ਆਪਾਂ ਆਲੂਆਂ ਨੂੰ ਪਹਿਲਾਂ ਭੁੰਨਾਂਗੇ, ਜੇ ਆਲੂ ਅੱਧ ਕੱਚੇ ਰਹਿ ਜਾਣਗੇ ਫਿਰ ਆਪਾਂ ਵਿੱਚ ਮਿੱਠੀ ਪਾਵਾਂਗੇ। ਹਲਕਾ ਜਿਹਾ ਆਪਾਂ ਥੋੜ੍ਹਾ ਜਿਹਾ ਪਾਣੀ ਪਾਵਾਂਗੇ, ਜੋ ਕਿ ਆਲੂ ਆਪਣੇ ਥੱਲੇ ਨਾਲ ਲੱਗ ਜਾਣ। ਹੁਣ ਆਪਾਂ ਇਹਨਾਂ ਨੂੰ ਢੱਕ ਦਿੰਦੇ ਹਾਂ, ਜੋ ਕਿ ਆਲੂ ਆਪਣੇ ਪੱਕ ਜਾਣ। 5 ਮਿੰਟ ਹੋ ਗਏ ਆ, ਮੈਂ ਚਲੋ ਇੱਕ ਵਾਰੀ ਆਲੂਆਂ ਨੂੰ ਚੈੱਕ ਕਰ ਲੈਂਦੇ ਹਾਂ। ਆਲੂ ਹੁਣ ਆਪਾਂ ਮੇਥੀ ਪਾਵਾਂਗੇ ਵਿੱਚ। ਆਪਾਂ ਹੁਣ ਇਹਨਾਂ ਨੂੰ ਮੇਥੀ ਨੂੰ ਪਾ ਲਈਆ, ਅਤੇ ਮੇਥੀ ਆਪਾਂ ਹੁਣ ਢੱਕਾਂਗੇ ਨਹੀਂ, ਆਪਾਂ ਖੁੱਲ੍ਹੀ ਆਂਚ ਦੇ ਵਿੱਚ ਇਹਨੂੰ ਪਕਾਵਾਂਗੇ। ਮੇਥੀ ਨੂੰ ਕਦੇ ਵੀ ਢੱਕ ਕੇ ਨਹੀਂ ਪਕਾਈਦਾ, ਕਿਉਂਕਿ ਮੇਥੀ ਇਸ ਨਾ ਕੌੜੀ ਬਣਦੀ ਆ। ਹਮੇਸ਼ਾ ਇਹਨੂੰ ਖੁੱਲ੍ਹੀ ਆਂਚ ਦੇ ਬਾਅਦ ਜਦੋਂ ਪੱਕ ਜਾਂਦੀ ਫਿਰ ਇਹਨੂੰ ਢੱਕੀਦਾ ਆ। ਇਸ ਕਰਕੇ ਇਹਨੂੰ ਖੁੱਲ੍ਹੀ ਆਂਚ ਇਸੇ ਤਰ੍ਹਾਂ ਹੀ ਆਪਾਂ ਪਕਾਉਣਾ ਆ, ਹਲਕੀ ਆਂਚ ਦੇ ਵਿੱਚ।
ਆਪਣੀ ਮੇਥੀ ਬਣਦੀ ਪਈ ਹੈ। ਇੱਕ ਮੇਥੀ ਦੀ ਖਾਸ ਇਹ ਹੁੰਦੀ ਹੈ ਜਦੋਂ ਬਣਾਈ ਦੀ ਆ ਨਾ, ਆਂਢ ਗੁਆਂਢ ਪੁੱਛਣ ਲੱਗ ਪੈਂਦਾ ਕੀ ਬਣਾਇਆ ਜੀ ਅੱਜ, ਲੱਗਦਾ ਮੇਥੀ ਬਣਾਈ ਆ। ਮੇਥੀ ਦੀ ਸਮੈਲ, ਚਾਹੇ ਸਬਜ਼ੀਆਂ 'ਚ ਸੁੱਕੀ ਮੇਥੀ ਪਾ ਲਓ ਅਤੇ ਚਾਹੇ ਬਣਾ ਲਓ, ਇਹਦੀ ਸਮੈਲ ਬਹੁਤ ਹੀ ਵਧੀਆ ਹੁੰਦੀ ਆ, ਬਹੁਤ ਚੰਗੀ ਲੱਗਦੀ ਆ। ਕਰਾਰੀ ਜੀ ਬਣ ਕੇ ਤਿਆਰ ਹੁੰਦੀ ਹੈ ਮੇਥੀ, ਇਹਦੀ ਆਪਾਂ ਰੋਟੀਆਂ ਵੀ ਬਣਾ ਸਕਦੇ ਮੇਥੀ ਦੀਆਂ। ਗੈਸ 'ਤੇ ਜ਼ਿਆਦਾ ਹੈਗਾ ਹੀ ਸੇਕ, ਇਸ ਕਰਕੇ ਮੈਂ ਇੰਡਕਸ਼ਨ 'ਤੇ ਰੱਖ ਧਰਿਆ ਹੋਇਆ ਮੀਡੀਅਮ ਸ਼ੇਕ 'ਤੇ, ਹੌਲੀ ਹੌਲੀ ਪੱਕਦੀ ਜਾਏਗੀ ਮੇਥੀ ਆਪਣੀ। ਆਪਣੀ ਮੇਥੀ ਬਣ ਕੇ ਤਿਆਰ ਹੁੰਦੀ ਪਈ ਹੈ, ਬਸ ਥੋੜ੍ਹਾ ਜਿਹਾ ਹੋਰ ਟਾਈਮ ਲੱਗੇਗਾ। ਇਹਨੂੰ ਆਪਾਂ ਬਣਾ ਲੈਣਾ ਸੀ ਪਹਿਲਾਂ ਹੀ, ਪਰ ਇਹਨੂੰ ਕਦੀ ਵੀ ਢੱਕ ਕੇ ਨਹੀਂ ਨਾ ਬਣਾਈਦਾ, ਇਹਦਾ ਕੜੱਤਣ ਵਾਲਾ ਪਨ ਫਿਰ ਵਾਪਸ ਆ ਜਾਂਦਾ, ਇਸ ਕਰਕੇ ਖੁੱਲ੍ਹੀ ਬਣਾਈ ਦੀ, ਜਿਹੜਾ ਵੀ ਇਹਦਾ ਬਾਕੀ ਦਾ ਕੜੱਤਣ ਵਾਲਾ ਰਹਿ ਗਿਆ ਉਹ ਹੱਟ ਉੱਠ ਗਏ। ਦੇਖੋ ਕਿੰਨੀ ਹੀ ਮੇਥੀ ਤਾਂ ਕਿੰਨੀ ਕੁ ਥੋੜ੍ਹੀ ਰਹਿ ਗਈ, ਇਹਨੇ ਹੋਰ ਅਸਲੋਂ ਵੀ ਥੋੜ੍ਹੀ ਰਹਿ ਜਾਣਾ, ਜ਼ੋਰ ਉਹਨੇ ਬਣਦੀ ਜਾਣਾ। ਆਲੂ ਵੀ ਆਪਣੇ ਆਲਮੋਸਟ ਗਲ ਹੀ ਗਏ ਆ, ਥੋੜ੍ਹਾ ਜਿਹਾ ਹੋਰ ਟਾਈਮ। ਆਲੂ ਮੇਥੀ ਆਪਣੀ ਬਣ ਕੇ ਤਿਆਰ ਹੋ ਗਈ ਆ। ਆ ਦੇਖੋ ਆਪਣੀ ਆਲੂ ਮੇਥੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਤਰੀਕੇ ਨਾਲ। ਆਪਣੇ ਆਲੂ ਵੀ ਦੋ ਟੋਟੀਆਂ 'ਚ ਭਾਗਾਂ ਵਿੱਚ, ਕਿਉਂਕਿ ਆਲੂ ਵੀ ਆਪਣੇ ਗਲ ਗਏ ਆ।